ਕਲਾਮ ਉਹ ਚ ਸੁਣਾ ਤੋ ਤੂੰ ਉਹਦੇ ਵੱਲ ਇਸ਼ਾਰਾ ਪੇ ਕਰ ਸਕਦੇ ਤੂੰ ਭਾਵੇਂ ਅਣਦੋਤੇ ਨੂੰ ਪਤਾ ਹੀ ਕੋਈ ਨਾ ਹੋਵੇ ਤੋ ਨਾਥ ਖਾਨਾ ਉਹਨ ਵਲੈਤ ਦੇ ਦਰਜੇ ਤੇ ਚਾੜ ਕੇ ਤਾਂ ਲੈਣਾ ਇੱਕ ਗੱਲ ਵਿੱਚ ਰਹਿ ਗਈ ਹੈ ਆ ਨਾਥ ਖਾਨਾ ਤੋਂ ਵੀ ਬਚੋ ਬਿਲਕੁਲ ਅਸੀਂ ਤੂੰ ਪਿੰਡੀ ਦੇ ਸੱਦ ਕੇ ਸੁਣ ਲਿਆ ਕਰੋ ਇਹ ਜਿਹੜੇ ਨਾਥ ਖਾਨ ਲਿਆਉਂਦੇ ਨਾ ਇੰਪੋਰਟਡ ਨਾਥ ਖਾਨ ਉਹਨਾਂ ਨੂੰ ਬਿਲਕੁਲ ਛੱਡ ਦਿਓ ਬਿਲਕੁਲ ਕੋਈ ਫਾਇਦਾ ਨਹੀਂ ਉਹਨਾਂ ਦਾ ਨਾਥ ਖਾਨ ਨਕੀਬ ਇਹਨਾਂ ਦਾ ਕੋਈ ਫਾਇਦਾ ਨਹੀਂ ਛੱਡ ਦਿਓ ਨਾਥ ਖਾਨ ਇਹ ਜਿਹੜੇ ਕੁੜੀਆਂ ਵਾਲੇ ਕੱਪੜੇ ਪਾ ਕੇ ਤੇ ਬੜੇ ਅਪ ਟੂ ਡੇਟ ਬਣੇ ਹੁੰਦੇ ਬੇਹਿਦੇ ਤੇ ਜੇ ਇਹਨਾਂ ਨੂੰ ਛੱਡੋ ਪਰਾਂ ਇਹ ਸਾਰਾ ਤਾਫੁਨ ਫੈਲਾ ਰਹੇ ਇਹਨਾਂ ਦਾ ਕੋਈ ਫਾਇਦਾ ਨਹੀਂ ਇਹ ਕਿਹੜੇ ਨਾਥ ਖਾਨੀ ਕਰਦੇ ਨੇ ਜਿਹਦੇ ਅੰਦਰ ਨਾਥ ਨਹੀਂ ਉਸ ਬਾਹਰ ਕੀ ਨਾਥ ਪੜਨੀ ਜਿਸ ਦੀ ਸ਼ਕਲ ਹੀ ਨਹੀਂ ਮੁਮਨਾ ਵਾਲੀ ਉਸ ਬੰਦੇ ਨਾਥ ਕੀ ਪੜ ਕੇ ਸੁਣਾਣੀ ਮੇਕਅਪ ਕਰਕੇ ਤੇ ਔਰਤਾਂ ਵਾਲੇ ਕੱਪੜੇ ਪਾ ਕੇ ਤੇ ਅੱਗੇ ਸਟੇਜ ਤੇ ਨੱਚਦੇ ਪਏ ਹੁੰਦੇ ਨੇ ਤੇ ਨਾਲ ਚਾਰ ਪਿੱਛੇ ਪਾਏ ਹੁੰਦੇ ਨੇ ਕਿ ਬੰਦਿਆਂ ਨੂੰ ਸਮਝ ਨਾ ਆਉਣ ਦੇ ਅੱਜ ਐਸੇ ਨਾ ਹੰਜਾਰ ਔਰ ਦੋ ਨੰਬਰ ਕਿਸਮ ਦੇ ਕਾਰੋਬਾਰੀ ਬੰਦਿਆਂ ਦੀ ਨਾਥ ਸੁਣਨੇ ਦਾ ਬਿਲਕੁਲ ਕੋਈ ਫਾਇਦਾ ਨਹੀਂ ਹੈ ਅਵਾਮ ਉਨਾਸ ਦੇ ਅੰਦਰ ਜਹਾਲਤ ਫੈਲਾ ਰਹੇ ਕੋਈ ਇਸ਼ਕ ਨੂੰ ਫਰੋਗ ਨਹੀਂ ਦਿੰਦੇ ਪਰਾਂ ਹਟਾਓ ਇਹਨਾਂ ਨੇ ਬੜੇ ਆਸ਼ਿਕ ਬਣੇ ਫਿਰਦੇ ਨੇ ਕਦੀ ਕਿਸੇ ਨਾਥ ਖਾਂ ਮਦਰੀਸਾ ਬਣਾਇਆ ਉਹ ਦੱਸਦੇ ਕਿਉਂ ਆਖਣ ਜੀ ਜੀ ਮੇਰੀ ਫਲਾਣੀ ਜਗ੍ਹਾ ਤੇ ਕੋਠੀ ਹੈ ਮੈਂ ਜੀ ਫਲਾਣੀ ਜਗ੍ਹਾ ਪਰਾਂ ਹਟਾ ਤੇਰੀਆਂ ਕੋਠੀਆਂ ਦਾ ਜ਼ਾਲਮਾ ਸਨ ਕੀ ਪੈਦਾ ਹੈ ਉਹ ਸਾਡੇ ਪਿੰਡੀ ਦੀਆਂ ਸ਼ੇਖਾਂ ਕੋਲ ਵੀ ਆਏ ਨੇ ਜੇ ਕੋਠੀਆਂ ਦੀ ਗੱਲ ਹੀ ਤਾਂ ਸੁੱਖੇ ਕਹਿੰਦੇ ਸ਼ੇਖ ਨੇ ਬੜੀਆਂ ਬੜੀਆਂ ਉਹਨਾਂ ਕੋਲ ਕੋਠੀਆਂ ਨੇ ਮੈਂ ਭਰਾ ਹਟਾ ਗੱਲ ਕੋਠੀਆਂ ਦੀ ਨਹੀਂ ਤੂੰ ਰਸੂਲ ਉੱਲਾ ਦੇ ਨਾਮ ਤੇ ਪੈਸਾ ਲਿਆ ਜ਼ਾਲਮਾ ਕੁਝ ਰਸੂਲ ਉੱਲਾ ਦੇ ਦੀਨ ਦਾ ਕੰਮ ਕਰਿਆ ਤੇਰਾ ਪਤਾ ਲੱਗਦਾ ਪੰਜਾਂ ਦੀ ਤੇਰੀ ਕਾਪੀ ਹੁੰਦੀ ਹੈ ਜਿਹਦੇ ਉੱਤੇ ਸੌ ਨਾਤ ਲਿਖੀ ਹੁੰਦੀ ਖਰਚਾ ਤੇਰਾ ਹੈ ਕੋਈ ਨਹੀਂ ਤੇ ਤੂੰ ਕਹਿ ਪੈਸਾ ਕਿੱਥੇ ਖਰਚ ਕਰ ਗਿਆ ਔਰ ਸਾਡੇ ਸੁਣੀ ਉਹ ਨਾਲੇ ਨਾਲ ਨਾਲ ਨੱਚਦੇ ਨੇ ਨਾਲੇ ਰੁਪਈਏ ਉੱਤੇ ਸੱਟੀ ਆਉਂਦੇ ਔਰ ਪੀਰ ਨਾਥ ਖਾਨਾ ਨੇ ਇਸ ਤੋਂ ਸੱਤੇ ਨੇ ਬਈਏ ਸਾਡੇ ਕਾਰੋਬਾਰ ਨੂੰ ਫਰੋਗ ਦੇਣ ਮੈਨੂੰ ਤਾਂ ਪੀਰਾਂ ਕਦੀ ਕਿਸੇ ਤਕਰੀਬ ਤੇ ਸੱਦੀ ਨਹੀਂ ਆ ਮੁਰੀਦ ਹੀ ਸੱਦੇ ਮੈਂ ਕਦੀ ਕਿਸੇ ਪੀਰ ਨੂੰ ਨਹੀਂ ਆਖਿਆ ਭਾਈ ਵਕਤ ਦਾ ਗਾਓ ਸੇ ਤੇ ਮੁਰੀਦ ਹੋ ਜਾਓ ਨਾ ਮੈਂ ਕਦੀ ਵੀ ਨਹੀਂ ਆਖਿਆ ਹੋਵੇਗਾ ਤੇ ਆਖਾਂਗਾ ਹੋਵੇਗਾ ਤਾਂ ਜ਼ਰੂਰ ਆਖਾਂਗਾ ਵੀ ਆ ਗਾਓ ਸੇ ਤੇ ਦਾ ਮੁਰੀਦ ਹੋ ਜਾ ਲੇਕਿਨ ਜਿਤਨੇ ਆ ਕਾਰੋਬਾਰੀ ਬਤੋ ਨਾਥ ਖਾਨਾ ਨੂੰ ਸੱਦਣ ਦੇ ਤੇ ਨਾਥ ਖਾਂ ਵੀ ਆਖਣ ਦੇ ਮੇਰਾ ਮੁਰਸ਼ਦ ਸੋਹਣਾ ਤੂੰ ਅੱਧਾ ਅੱਧਾ ਘੰਟਾ ਇਸ ਗੱਲ ਤੇ ਲਾਈ ਰੱਖਦੇ ਮੇਰਾ ਮੁਰਸ਼ਦ ਸੋਹਣਾ ਤੋ ਤੂੰ ਉਹਦੇ ਵੱਲ ਇਸ਼ਾਰਾ ਪੇ ਕਰ ਸਕਦੇ ਤੂੰ ਭਾਵੇਂ ਅਣਦੋਤੇ ਨੂੰ ਪਤਾ ਹੀ ਕੋਈ ਨਾ ਹੋਵੇ ਤੋ ਨਾਥ ਖਾਨਾ ਉਹਨੂੰ ਵਲੈਤ ਦੇ ਦਰਜੇ ਤੇ ਚਾੜ ਕੇ ਤਾਂ ਲੈਣਾ ਤੂੰ ਫਿਰ ਉਹ ਅਗਲੇ ਬੰਦੇ ਵਿੰਦਨ ਮੈਂ ਸਾਡੇ ਪੀਰਾਂ ਦੀ ਤਾਰੀਫ ਪਿਆ ਕਰਦਾ ਨਾਥ ਖਾਂ ਤਾਂ ਮਰਾਸੀ ਬਣਿਆ ਖੜਾ ਸੱਤੋ ਰੁਪਈਏ ਹੈ ਕਿ ਨਾ ਮੇਰਾ ਮੁਰਸ਼ਦ ਸੋਹਣਾ ਮੇਰਾ ਮੁਰਸ਼ਦ ਸੋਹਣਾ ਮੇਰਾ ਮੁਰਸ਼ਦ ਸੋਹਣਾ ਉਹ ਜੂੰ ਫਿਰ ਉਹ ਅਗਲੇ ਬੰਦੇ ਵਿੰਦਨ ਮੈਂ ਸਾਡੇ ਪੀਰਾਂ ਦੀ ਤਾਰੀਫ ਪਿਆ ਕਰਦਾ ਨਾਥ ਖਾਂ ਤਾਂ ਮਰਾਸੀ ਬਣਿਆ ਖੜਾ ਸੱਤੋ ਰੁਪਈਏ ਕੋਈ ਸਮਝ ਆਈ ਕੋਈ ਐਸੇ ਕਾਰੋਬਾਰੀ ਔਰ ਦੋ ਨੰਬਰ ਨਾਥ ਖਾਨਾ ਦੀ ਚਿਤਰੋਲ ਕਰਕੇ ਪਰਾਂ ਲਾਇਆ ਕਰੋ ਬਿਲਕੁਲ ਮੈਂ ਉਹਨਾਂ ਦੇ ਨੇੜੇ ਨਹੀਂ ਆਉਣ ਲੈਣਾ ਚਾਹੀਦਾ ਅੱਲਾਹ ਵਾਲਿਆ ਦੀਨ ਰਸੂਲ ਉੱਲਾ ਦਾ ਕਾਰੋਬਾਰ ਬਣ ਗਿਆ ਰਸੂਲ ਉੱਲਾ ਦਾ ਦੀਨ ਕਾਰੋਬਾਰ ਬਣ ਗਿਆ ਇਹਦੀਆਂ ਸਨਅਤਾਂ ਨੇ ਅੱਗੂ ਇਹਦੇ ਅੱਗੂ ਫਿਰ ਆਹ ਨਕੀਬ ਨੇ ਇਹ ਨਾਥ ਖਾਨ ਨੇ ਇਹ ਖਤੀਬ ਨੇ ਇਹ ਜਨਾਬ ਖੁਸ਼ਬੂਆਂ ਵਾਲੇ ਨੇ ਪਤਾ ਨਹੀਂ ਕਿੰਨੇ ਸ਼ੋਭੇ ਦੇ ਬਣ ਗਏ ਤੇ ਬਕਾਇਦਾ ਇੱਕ ਇਹ ਬਿਜ਼ਨਸ ਬਣ ਗਿਆ ਮਹਿਫਲਾਂ ਅਜ਼ੀਜ਼ਾਂ ਨੇ ਮਨ ਉੱਠਣ ਲੱਗਿਆਂ ਬੰਦਿਆਂ ਤੋਂ ਪੁੱਛੋ ਤੁਸਾਂ ਮਹਿਫਲ ਵਿੱਚ ਕੀ ਹਾਸਲ ਕੀਤਾ ਹੈ ਤੇ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਉਹ ਆਂਦੇ ਨੇ ਬਸ ਬੜੀ ਇੰਟਰਟੇਨਮੈਂਟ ਚੰਗੀ ਹੋ ਗਈ ਅੱਲਾ ਕਰੀਮ ਰਸੂਲ ਉੱਲਾ ਸਰਕਾਰ ਦੇ ਦੀਨ ਤੇ ਕਰਮ ਫਰਮਾਏ